ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦਾ। ਆਸ ਕਰਦੇ ਹਾਂ ਕਿ ਸਾਰੇ ਵੀਰ ਵਧੀਆ ਹੀ ਹੋਣਗੇ। ਲਓ ਜੀ ਵੀਰ ਜੀ, ਆਪਾਂ ਤੁਹਾਡੇ ਸਾਰਿਆਂ ਵੀਰਾਂ ਵਾਸਤੇ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਏ ਹਾਂ। ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਦੱਸਾਂਗੇ ਕਿ ਜਿਹੜਾ ਇੱਥੇ ਇਟਲੀ ਦੇ ਵਿੱਚ ਗੌਰਮੈਂਟ ਸਰਕਾਰ ਵਾਲੀ ਜਿਹੜੀ ਗੱਲਬਾਤ ਇੱਥੇ ਹੋ ਰਹੀ ਆ, ਹੈ ਨਾ, ਅਤੇ ਉਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਬਹੁਤਾ ਦੱਸੂੰਗਾ, ਕਿਉਂਕਿ ਮੈਨੂੰ ਬੜੇ ਮੈਸੇਜ ਆਏ ਵੀਰਾਂ ਦੇ। ਉਹ ਕਹਿੰਦੇ ਕਿ ਭਾਅ ਜੀ ਇੱਥੇ ਗੌਰਮੈਂਟ ਚੇਂਜ ਹੋ ਜੇ ਲੱਗੀ ਆ, ਵੋਟਾਂ ਪੈਣ ਲੱਗੀਆਂ ਵਾ, ਠੀਕ ਹੈ ਜੀ, ਕਿ ਜਿਹੜਾ ਇੱਥੋਂ ਦਾ ਪ੍ਰਧਾਨ ਮੰਤਰੀ ਆ ਜੀ ਉਹਨੇ ਅਸਤੀਫਾ ਦੇ ਦਿੱਤਾ ਵਾ ਜੀ, ਠੀਕ ਆ, ਅਤੇ ਹੁਣ ਆਪਣੇ 9 ਮੰਥ ਵਾਲੇ ਪੇਪਰਾਂ ਬਾਰੇ ਕੀ ਬਣੂਗਾ, ਜਾਂ ਜਿਹੜੇ ਬੰਦੇ ਇੱਥੇ ਕੱਚੇ ਰਹਿ ਰਹੇ ਆ ਉਹਨਾਂ ਦਾ ਕੀ ਬਣੂਗਾ, ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਖੁੱਲ੍ਹ ਕੇ ਦੱਸਦਾ ਵਾਂ, ਠੀਕ ਹੈ। ਅਤੇ ਬਾਕੀ ਵੀਰ ਜੀ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਤਾਂ ਤੁਹਾਨੂੰ ਮੈਂ ਇੱਕ ਗੱਲ ਕਹੂੰਗਾ ਕਿ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਹੀ ਬੈੱਲ ਆਈਕਾਊਂਟ 'ਤੇ ਵੀ ਕਲਿੱਕ ਜ਼ਰੂਰ ਕਰ ਲਓ, ਤਾਂ ਜੋ ਕੋਈ ਵੀ ਨਵੀਂ ਵੀਡੀਓ ਜਾਂ ਕੋਈ ਵੀ ਨਵੀਂ ਇਨਫੋਰਮੇਸ਼ਨ ਆਵੇ ਤਾਂ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਆਪ ਮਿਲ ਜੇ ਅਤੇ ਤੁਸੀਂ ਉਸ ਤੋਂ ਕੁਛ ਨਾ ਕੁਛ ਸਿੱਖ ਸਕੋ। ਲਓ ਵੀਰ ਜੀ, ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ, ਠੀਕ ਆ, ਕਿ ਬੜਿਆਂ ਵੀਰਾਂ ਨੇ ਪੇਪਰ ਭਰੇ ਆ 9 ਮੰਥ ਵਾਲੇ, ਅਤੇ ਬੜੇ ਵੀਰ 9 ਮੰਥ ਵਾਲੇ ਪੇਪਰਾਂ ਦੇ ਇਟਲੀ ਵਿੱਚ ਆ ਚੁੱਕੇ ਆ, ਅਤੇ ਸਾਰਿਆਂ ਨੂੰ ਇੱਕ ਥੋੜ੍ਹੀ ਜਿਹੀ ਟੈਨਸ਼ਨ ਹੋ ਗਈ ਆ ਕਿ ਜਿਹੜੀ ਗੌਰਮੈਂਟ ਇੱਥੇ ਚੇਂਜ ਹੋਣ ਲੱਗੀ ਆ, ਠੀਕ ਆ। ਲਓ ਵੀਰ ਜੀ, ਮੈਂ ਗੱਲਬਾਤ ਕਰੂੰਗਾ ਤੁਹਾਡੇ ਸਾਰਿਆਂ ਨਾਲ, ਠੀਕ ਆ। ਬਾਕੀ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦਾ ਪਤਾ ਹੀ ਆ ਕਿ ਆਪਣਾ ਜਿਹੜਾ ਇਟਲੀ ਦਾ ਜਿਹੜਾ ਇੱਥੋਂ ਦਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਜਾਂ ਕੋਈ ਵੀ ਆ, ਠੀਕ ਆ, ਉਹਨਾਂ ਦੇ ਮੈਂ ਨਾਂ ਨਹੀਂ ਲਊਂਗਾ, ਉਹ ਤੁਹਾਨੂੰ ਪਤਾ ਹੀ ਆ ਕੌਣ ਕੌਣ ਹੈਗਾ ਵਾ, ਠੀਕ ਹੈ ਜੀ। ਉਹ ਤੁਸੀਂ ਗੂਗਲ 'ਤੇ ਜਾ ਕੇ ਵੀ ਸਰਚ ਕਰ ਸਕਦੇ ਜੇ, ਕਿਉਂਕਿ ਮੈਂ ਡਾਇਰੈਕਟਲੀ ਨਾਂ ਲੈ ਕੇ ਜਿਹੜੀ ਵੀਡੀਓ ਵਾ ਉਹ ਮਤਲਬ ਕਿ ਨਹੀਂ ਬਣਾ ਸਕਦਾ, ਠੀਕ ਹੈ ਜੀ। ਇਹ ਸਿਰਫ ਮੈਂ ਤੁਹਾਨੂੰ ਵੈਸੇ ਇਨਫੋਰਮੇਸ਼ਨ ਦੇਣ ਲੱਗਾ ਵਾਂ, ਅਤੇ ਬਾਕੀ ਤੁਸੀਂ ਸਮਝਦਾਰ ਹੋ, ਤੁਹਾਨੂੰ ਸਮਝ ਲੱਗ ਹੀ ਜਾਣੀ ਹੈ ਮੇਰੀ ਵੀਡੀਓ ਤੋਂ ਕਿ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਵਾਂ ਅਤੇ ਤੁਸੀਂ ਕੀ ਸਮਝਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਵੀਰ ਜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਇੱਥੇ ਇੰਡੀਆ ਤੱਕ ਰੌਲਾ ਪੈ ਗਿਆ ਵਾ, ਠੀਕ ਆ, ਕਿ ਜਿਹੜੇ ਇੱਥੋਂ ਦਾ ਆਪਣਾ ਪ੍ਰਧਾਨ ਮੰਤਰੀ ਆ ਜੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਵਾ, ਅਤੇ ਹੁਣ ਉੱਥੇ ਇਟਲੀ ਦੇ ਵਿੱਚ ਕਾਨੂੰਨ ਚੇਂਜ ਹੋ ਜਾਣੇ ਆ, ਠੀਕ ਆ, 9 ਮੰਥ ਵਾਲੇ ਪੇਪਰ ਬੰਦ ਹੋ ਜਾਣੇ ਆ, ਜਿਹੜੇ ਕੱਚੇ ਬੰਦੇ ਆ ਉਹਨਾਂ ਨੂੰ ਇੱਥੋਂ ਭਜਾ ਦੇਣਾ ਉਹਨਾਂ ਨੇ, ਹੈ ਨਾ। ਅਤੇ ਇਹਦੇ ਬਾਰੇ ਮੈਂ ਤੁਹਾਨੂੰ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਵੀਰ ਜੀ ਕੁਛ ਨਹੀਂ ਹੈਗਾ, ਠੀਕ ਆ। ਜਿਹੜੀ ਅਸਤੀਫੇ ਵਾਲੀ ਗੱਲਬਾਤ ਇੱਥੇ ਹੋਈ ਆ ਇਟਲੀ ਦੇ ਵਿੱਚ, ਉਹ ਸਿਰਫ ਤੋਂ ਸਿਰਫ ਤੁਹਾਨੂੰ ਮੈਂ ਦੱਸਦਾ ਵਾਂ ਕਿ ਕੀ ਹੋਈ ਆ ਜਿੰਨਾ ਕੁ ਮੈਨੂੰ ਪਤਾ ਲੱਗਾ। ਉਹ ਇੱਥੇ ਵੀਰ ਜੀ ਗੱਲਬਾਤ ਇਹ ਹੋਈ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜਾ, ਠੀਕ ਆ, ਇੱਕ ਵਾਰੀ ਮੈਂ ਨਾ ਲਊਂਗਾ ਸਲਵੀਨੀ ਸਾਹਿਬ ਜਿਹੜੇ ਆ, ਇਹ ਜਿਹੜੇ ਇੱਥੋਂ ਦੇ ਇਟਾਲੀਅਨ ਲੋਕ ਆ, ਓਕੇ, ਉਹਨਾਂ ਵਾਸਤੇ ਤਾਂ ਉਹ ਇੱਕ ਹਿਸਾਬ ਦਾ ਮੈਂ ਤੁਹਾਨੂੰ ਕਹੂੰਗਾ ਕਿ ਇੱਕ ਮਸੀਹਾ ਵਾ, ਠੀਕ ਆ, ਕਿ ਇਟਾਲੀਅਨ ਲੋਕ ਉਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ, ਠੀਕ ਆ, ਅਤੇ ਉਹ ਨਹੀਂ ਚਾਹੁੰਦੇ ਕਿ ਇਹ ਬੰਦਾ ਜਿਹੜਾ ਵਾ ਕਿ ਮਤਲਬ ਕਿ ਪੋਲੀਟੀਕਲ ਦੇ ਵਿੱਚੋਂ ਬਾਹਰ ਹੋਵੇ, ਠੀਕ ਆ, ਉਹ ਚਾਹੁੰਦੇ ਆ ਕਿ ਇਹੋ ਹੀ ਬੰਦਾ ਪੋਲੀਟੀਕਲ ਵਿੱਚ ਰਹੇ, ਕਿਉਂਕਿ ਉਹ ਬੰਦਾ ਹਮੇਸ਼ਾ ਹੀ ਜਿਹੜੇ ਇੱਥੋਂ ਦੇ, ਕਹਿਣ ਦਾ ਮਤਲਬ ਆਪਣੇ ਇਟਾਲੀਅਨ ਲੋਕ ਆ ਜਾਂ ਇਟਲੀ ਦੇ ਲੋਕ ਆ ਜਿਹੜੇ ਇੱਥੋਂ ਦੇ ਆ, ਠੀਕ ਆ, ਉਹਨਾਂ ਬਾਰੇ ਉਹ ਜ਼ਿਆਦਾ ਸੋਚਦਾ ਵਾ, ਅਤੇ ਜਿਹੜੇ ਬੰਦੇ ਸਾਈਡਾਂ ਤੋਂ ਆਉਂਦੇ ਆ ਜਾਂ ਕਿਤੇ ਹੋਰ ਆਉਂਦੇ ਆ ਉਹਨਾਂ ਵਾਸਤੇ ਥੋੜ੍ਹਾ ਜਿਹਾ ਉਹ ਘੱਟ ਸੋਚਦਾ, ਜੈਸ, ਠੀਕ ਆ, ਜਿਸ ਕਰਕੇ ਜਿਹੜੇ ਇਟਾਲੀਅਨ ਲੋਕ ਆ ਉਹਨੂੰ ਪਸੰਦ ਕਰਦੇ ਆ।
ਹੁਣ ਇੱਥੇ ਅਸੀਂ ਗੱਲਬਾਤ ਇਹ ਚੱਲੀ ਆ ਕਿ ਕਈਆਂ ਲੋਕਾਂ ਨੇ ਇਹ ਮੁੱਦਾ ਪੇਸ਼ ਕੀਤਾ ਉੱਥੇ ਅਤੇ ਉਹਨਾਂ ਨੇ ਇਹਦੇ ਬਾਰੇ ਥੋੜ੍ਹਾ ਜਿਹਾ ਗਲਤ ਬੋਲਿਆ ਕਿ ਇਹ ਬੰਦਾ ਨਹੀਂ ਸਹੀ ਹੈਗਾ, ਠੀਕ ਆ, ਇਹ ਨਹੀਂ ਸਹੀ ਕਰ ਰਿਹਾ, ਕੁਛ ਨਹੀਂ ਸਹੀ ਕਰ ਰਿਹਾ, ਇਹ ਜੋ ਕੁਛ ਵੀ ਕਰ ਰਿਹਾ ਵਾ ਇਸ ਦੇ ਨਾਲ ਜਿਹੜਾ, ਠੀਕ ਆ, ਇਟਲੀ ਦੇਸ਼ ਆ ਇਹ ਬਹੁਤ ਬੈਗ ਚੱਲ ਜੂਗਾ, ਬਹੁਤ ਬੈਕਗਰਾਊਂਡ ਵਿੱਚ ਚੱਲ ਜੂਗਾ ਜੇਕਰ ਇਸ ਤਰ੍ਹਾਂ ਦੇ ਕਾਨੂੰਨ ਇੱਥੇ ਸ਼ੁਰੂ ਹੋ ਗਏ। ਠੀਕ ਹੈ ਜੀ, ਕਈਆਂ ਲੋਕਾਂ ਨੇ ਇਹਦਾ ਸਾਹਮਣਾ ਕੀਤਾ, ਸਾਹਮਣਾ ਕੀਤਾ ਕਹਿਣ ਦਾ ਮਤਲਬ ਕਈਆਂ ਲੋਕਾਂ ਨੇ ਇਹ ਗੱਲਾਂ ਕੀਤੀਆਂ, ਠੀਕ ਆ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਪਾਰਟੀ ਦੇ ਆਪਣੇ ਬੰਦੇ ਸੀ, ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇਹ ਚੀਜ਼ਾਂ ਹੁੰਦੀਆਂ ਹੀ ਆ ਨੋਰਮਲੀ, ਠੀਕ ਆ, ਕਿ ਆਪਣੀ ਪਾਰਟੀ ਦੇ ਬੰਦੇ ਹੁੰਦੇ ਆ ਇੱਕ ਬੰਨੇ, ਠੀਕ ਆ ਜੀ, ਅਤੇ ਉਹ ਕੀ ਕਰਦੇ ਆ ਗੱਲਾਂ ਬਾਤਾਂ ਉਹਨਾਂ ਦੇ ਚੱਲਦੀਆਂ ਨੇ ਉਹਦੀਆਂ ਆਪਸ ਵਿੱਚ, ਠੀਕ ਆ, ਅਤੇ ਇਹ ਉਹਨਾਂ ਵਿੱਚ ਪਾਰਟੀ ਦੇ ਇੱਕ ਬੰਦੇ ਨੇ ਜੇ ਕੰਮ ਗਲਤ ਕਰਤਾ, ਦੂਜਾ ਬੰਦਾ ਉਹਨੂੰ ਕਹਿੰਦਾ ਕਿ ਤੂੰ ਇਹ ਸਹੀ ਨਹੀਂ ਕੀਤਾ, ਠੀਕ ਆ, ਉਹ ਕਹਿੰਦਾ ਕਿ ਚੱਲ ਮੈਂ ਨਹੀਂ ਸਹੀ ਕੀਤਾ ਅਤੇ ਚੰਗਾ ਫਿਰ ਮੈਂ ਛੱਡ ਦਿੰਦਾ ਉਹ ਪਾਰਟੀ, ਠੀਕ ਆ, ਮੈਂ ਹੋਰ ਕੋਈ ਪਾਰਟੀ ਜੁਆਇਨ ਕਰ ਲੈਂਦਾ, ਅਤੇ ਇਹ ਨੋਰਮਲੀ ਤੁਹਾਨੂੰ ਪਤਾ ਹੀ ਆ। ਅਤੇ ਇਹ ਜੋ ਕੁਛ ਇੱਥੇ ਹੋ ਰਿਹਾ ਵਾ ਜਾਂ ਕੋਈ ਜੋ ਕੁਛ ਵੀ ਚੱਲ ਰਿਹਾ ਵਾ ਨਾ, ਉਹ ਸਿਰਫ ਅਤੇ ਸਿਰਫ ਇੱਕ ਇਹ ਚੀਜ਼ ਚੱਲ ਰਹੀ ਆ, ਠੀਕ ਆ, ਕਿ ਪਾਰਟੀਬਾਜ਼ੀ ਇੱਥੇ ਹੋ ਰਹੀ ਆ, ਚੱਲ ਰਹੀ ਆ, ਜਿਹਦੇ ਵਿੱਚ ਕਿ ਉਹਨਾਂ ਨੇ, ਠੀਕ ਆ, ਉਸ ਬੰਦੇ ਨੂੰ ਇਹ ਗੱਲ ਮਾੜੀ ਲੱਗੀ ਕਿ ਉਹ ਕਿਹਾ ਕਿ ਮੈਂ ਤਾਂ ਦੇਸ਼ ਵਾਸਤੇ ਬੜਾ ਕੁਛ ਕਰਨ ਦਿਆ ਵਾਂ ਅਤੇ ਮੈਨੂੰ ਕਿਉਂ ਇਸ ਤਰ੍ਹਾਂ ਕਿਹਾ ਗਿਆ ਵਾ, ਠੀਕ ਆ, ਅਤੇ ਜਿਸ ਕਰਕੇ ਉਸ ਬੰਦੇ ਨੇ ਕਹਿਤਾ ਕਿ ਮੈਂ ਅਸਤੀਫਾ ਦੇਣ ਲੱਗਾ ਅਤੇ ਵੋਟਾਂ ਫਿਰ ਪੈਣਗੀਆਂ, ਠੀਕ ਆ, ਬੜਿਆਂ ਜਣੇ ਦਿਮਾਗ 'ਚ ਪਾ ਗਿਆ ਵਾ ਇਹ ਵੀਰ ਜੀ, ਵੋਟਾਂ ਜਿਹੜੀਆਂ ਵਾ ਇੱਥੇ ਬਹੁਤ ਔਖੀਆਂ ਪੈਂਦੀਆਂ ਵਾ, ਠੀਕ ਆ, ਇਹ ਸੌਖਾ ਕੰਮ ਨਹੀਂ ਹੈਗਾ, ਠੀਕ ਆ, ਕਿ ਵੋਟਾਂ ਦਾ ਕਿ ਹਾਂ ਵੀ ਇੱਕ ਨੇ ਕਹਿਤਾ, ਚਲੋ ਹੋ ਵੀ ਸਕਦਾ ਵਾ, ਠੀਕ ਆ, ਬਟ ਜਿਹੜੀ ਹੁਣ ਇੱਥੇ ਗੱਲਬਾਤ ਚੱਲ ਰਹੀ ਆ ਉਹ ਵੀਰ ਜੀ ਫਿਲਹਾਲ ਇਹੋ ਚੱਲ ਰਹੀ ਇੱਥੇ ਕਿ ਸਾਰੇ ਜਾਣੇ ਆਪਸ ਵਿੱਚ ਬਹਿ ਕੇ ਗੱਲਬਾਤ ਕਰ ਰਹੇ ਆ ਕਿ ਹਾਂ ਵੀ ਇਹ ਬੰਦੇ ਨੂੰ ਸਹੀ ਸਾਬਤ ਕੀਤਾ ਜਾਵੇ ਕਿ ਜਾਂ ਗਲਤ ਸਾਬਤ ਕੀਤਾ ਜਾਵੇ। ਠੀਕ ਆ, ਮੈਂ ਜੋ ਤੁਹਾਨੂੰ ਦੱਸਣ ਜਾ ਰਿਹਾ ਵਾਂ ਉਹ ਮੇਨ ਆਪਣੇ ਬੰਦਿਆਂ ਵਾਸਤੇ ਇਹ ਵਾ, ਆਪਣੇ ਵਾਸਤੇ ਕਿ ਜਿਹੜੇ ਇਟਲੀ ਤੋਂ ਬਾਹਰ ਆ ਜਿੰਨੇ ਵੀ ਹੈਗੇ ਇੰਡੀਅਨ ਪਾਕਿਸਤਾਨੀ, ਚਲੋ ਹੈਗੇ ਨੀਗੇ, ਬੰਗਲਾਦੇਸ਼ ਸ਼੍ਰੀਲੰਕਾ ਸਾਰਿਆਂ ਵਾਸਤੇ ਹੀ ਹੈ। ਠੀਕ ਆ, ਉਹ ਵੀਰ ਜੀ ਫਿਰ ਇਹੋ ਹੀ ਹੈਗਾ ਵਾ ਕਿ ਜੇਕਰ ਇਹ ਬੰਦਾ, ਠੀਕ ਆ, ਕਿ ਜੇਕਰ ਫਿਰ ਸਪੋਜ ਕਰੋ ਕਿ ਇਹ ਬੰਦਾ ਪ੍ਰਧਾਨ ਮੰਤਰੀ ਬਣ ਜਾਂਦਾ ਵਾ, ਠੀਕ ਹੈ ਜੀ, ਅਤੇ ਇਸ ਬੰਦੇ ਦੇ ਹੱਥ ਵਿੱਚ ਕੁਛ ਆ ਜਾਂਦਾ ਵਾ, ਠੀਕ ਆ, ਜਿਤਨਾ ਆਪਾਂ ਸਲਵੀਨੀ ਸਾਹਿਬ ਨੂੰ ਕਹਿ ਲਈਏ, ਫਿਰ ਇਹ ਵਾ ਕਿ ਜਿਹੜੇ ਲੀਗਲ ਤੌਰ 'ਤੇ ਇਟਲੀ ਵਿੱਚ ਬੰਦੇ ਰਹਿ ਰਹੇ ਆ, ਠੀਕ ਆ, ਉਹਨਾਂ ਨੂੰ ਕੋਈ ਖਤਰਾ ਨਹੀਂ ਗਾ। ਜਿਹੜੇ ਬੰਦਿਆਂ ਨੇ ਪੇਪਰ ਅਪਲਾਈ ਕਰ ਚੁੱਕੇ ਆ 9 ਮੰਥ ਵਾਲੇ ਆਪਣੇ, ਉਹਨਾਂ ਨੂੰ ਕੋਈ ਖਤਰਾ ਨਹੀਂ ਗਾ। ਜਿਹੜੇ ਬੰਦੇ 9 ਮੰਥ ਵਾਲੇ ਪੇਪਰਾਂ 'ਤੇ ਇੱਥੇ ਆ ਚੁੱਕੇ ਆ ਉਹਨਾਂ ਨੂੰ ਵੀ ਕੋਈ ਖਤਰਾ ਨਹੀਂ ਹੈਗਾ, ਠੀਕ ਹੈ ਜੀ। ਸਿਰਫ ਅਤੇ ਸਿਰਫ ਜੇਕਰ ਖਤਰਾ ਹੋਊਗਾ ਉਹ ਸਿਰਫ ਇਹ ਵਾ ਕਿ ਆਉਣ ਵਾਲੇ ਕਾਨੂੰਨ ਦੇ ਵਿੱਚ ਹੋਊਗਾ ਕਿ ਆਉਣ ਵਾਲੇ ਕਾਨੂੰਨ ਦੇ ਵਿੱਚ ਉਹ ਹੋਰ ਤਬਦੀਲੀਆਂ ਮਤਲਬ ਕਿ ਕਰ ਸਕਦਾ ਵਾ, ਉਹਨੂੰ ਹੋਰ ਮੌਕਾ ਮਿਲ ਜੂਗਾ ਤਬਦੀਲੀਆਂ ਕਰਨ ਦਾ, ਕਿ ਜਿਵੇਂ ਕਿ ਫਿਲਹਾਲ ਉਹਨੇ ਪਹਿਲਾਂ ਤਾਂ ਕੀਤੀਆਂ ਹੀ ਆ, ਠੀਕ ਆ, ਸਾਰਿਆਂ ਨੂੰ ਪਤਾ ਕਿ ਇਟਾਲੀਅਨ ਪਾਸਪੋਰਟ ਪਹਿਲਾਂ 2 ਸਾਲਾਂ ਬਾਅਦ ਮਿਲਦਾ ਹੁੰਦਾ ਸੀ, ਹੁਣ 4 ਸਾਲਾਂ ਦਾ ਟਾਈਮ ਕਰਤਾ ਉਹਨਾਂ ਨੇ ਅਪਲਾਈ ਕਰਨ ਤੋਂ ਬਾਅਦ, ਠੀਕ ਆ, ਇਸ ਤਰੀਕੇ ਨਾਲ ਉਹ ਮਤਲਬ ਕਿ ਕੁਛ ਵੀ ਕਰ ਸਕਦਾ ਵਾ, ਠੀਕ ਆ, ਉਹਦੇ ਹੱਥ 'ਚ ਹੋਰ ਸ਼ਕਤੀ ਆ ਸਕਦੀ ਆ। ਅਤੇ ਫਿਲਹਾਲ ਜਿਹੜੀ ਮੇਨ ਗੱਲ ਆ ਉਹ ਸਿਰਫ ਇਹ ਵਾ ਕਿ ਤੁਹਾਨੂੰ ਜਿਹੜੇ ਵੀ 9 ਮੰਥ ਵਾਲੇ ਪੇਪਰਾਂ 'ਤੇ ਜਿਨ੍ਹਾਂ ਨੇ ਵੀਰਾਂ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ, ਕੋਈ ਲੋੜ ਨਹੀਂ ਡਰਨ ਦੀ, ਇਹ ਪੋਲੀਟੀਕਲ ਦਾ ਕੰਮ ਇੱਥੇ ਚੱਲਦਾ ਰਹਿੰਦਾ ਵਾ, ਠੀਕ ਆ, ਇਹਦੇ ਨਾਲ ਕੋਈ ਆਪਾਂ ਨੂੰ ਫਰਕ ਨਹੀਂ ਪੈਂਦਾ। ਸਿਰਫ ਅਤੇ ਸਿਰਫ ਜੇ ਫਰਕ ਪੈਣਾ ਵਾ ਉਹ ਮੇਰਿਆਂ ਵੀਰਾਂ ਉਹਨਾਂ ਨੂੰ ਪੈਣਾ ਵਾ ਕਿ ਜਿਹੜਿਆਂ ਨੇ ਏਜੰਟਾਂ ਰਾਹੀਂ ਪੇਪਰ ਭਰੇ ਆ, ਠੀਕ ਆ, ਕਿਉਂਕਿ ਏਜੰਟਾਂ ਨੂੰ ਮੌਕਾ ਮਿਲ ਜਾਣਾ ਵਾ ਹੁਣ,
ਠੀਕ ਹੈ ਕਿ ਤੁਸੀਂ ਉਹ ਤੁਹਾਨੂੰ ਫੋਨ ਤੁਸੀਂ ਉਹਨਾਂ ਨੂੰ ਫੋਨ ਕਰੋਗੇ ਅਤੇ ਉਹਨਾਂ ਨੇ ਤੁਹਾਨੂੰ ਕਹਿ ਦੇਣਾ ਕਿ ਹਾਂ ਵੀ ਇੱਥੇ ਪੋਲੀਟੀਕਲ ਦੀ ਲੜਾਈ ਚੱਲ ਰਹੀ ਆ, ਪੋਲੀਟੀਕਲ ਦਾ ਇੱਥੇ ਆਹ ਹੋ ਰਿਹਾ ਵਾ, ਠੀਕ ਹੈ, ਜਿਵੇਂ ਕਿ ਤੁਹਾਡੇ ਪੇਪਰ ਲੇਟ ਹੋਣਗੇ ਅਤੇ ਤੁਹਾਨੂੰ ਚੁੱਪ ਕਰਕੇ ਬਹਿਣਾ ਪੈਣਾ ਵਾ। ਸਿਰਫ ਤੋਂ ਸਿਰਫ ਇਸ ਗੱਲ ਦਾ ਫਾਇਦਾ ਜਿਹੜਾ ਵਾ ਉਹ ਸਿਰਫ ਤੋਂ ਸਿਰਫ ਜਿਹੜੇ ਏਜੰਟ ਆ, ਠੀਕ ਹੈ, ਜਿਨ੍ਹਾਂ ਨੇ ਟਾਈਮ ਲੰਘਾਉਣਾ ਹੁੰਦਾ ਵਾ, ਸਿਰਫ ਉਹ ਉਹਨਾਂ ਨੂੰ ਫਾਇਦਾ, ਠੀਕ ਹੈ। ਅਤੇ ਬਾਕੀ ਜਿਹੜੇ ਅਮੀਰਾਂ ਨੇ ਭਰੇ ਆ ਪੇਪਰ ਜਾਂ ਜਿਹੜੇ ਆ ਚੁੱਕੇ ਆ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਵੀਰ, ਕੁਛ ਨਹੀਂ ਹੁੰਦਾ ਇਸ ਤਰ੍ਹਾਂ ਦਾ। ਜੇਕਰ ਕੋਈ ਕਾਨੂੰਨ ਬਣੂਗਾ ਵੀ ਤਾਂ ਸਾਰਿਆਂ ਵਾਸਤੇ ਬਣਨਾ ਵਾ, ਇਕੱਲੇ ਇੱਕ ਵਾਸਤੇ ਨਹੀਂ ਬਣਨਾ, ਠੀਕ ਆ। ਇਸ ਕਰਕੇ ਉਹਦੇ ਵਿੱਚ ਪੇਪਰ ਨਿਕਲਣ ਦੇ ਵਿੱਚ ਜਿਨ੍ਹਾਂ ਦੇ ਨਿਕਲਣੇ ਆ ਉਹਨਾਂ ਦੇ ਨਿਕਲਣੇ ਨਿਕਲਣੇ ਆ, ਜਿਨ੍ਹਾਂ ਦੇ ਨਹੀਂ ਨਿਕਲਣੇ ਉਹਨਾਂ ਦੇ ਪੇਪਰ ਨਹੀਂ ਨਿਕਲਣੇ, ਠੀਕ ਆ। ਇਸ ਕਰਕੇ ਤੁਹਾਨੂੰ ਕੋਈ ਵੀ ਡਰਨ ਦੀ ਲੋੜ ਨਹੀਂ ਹੈਗੀ। ਇਹਦੇ ਬਾਰੇ ਤੁਹਾਡਾ ਕੋਈ ਹੋਰ ਸਵਾਲ ਹੋਵੇ, ਠੀਕ ਆ, ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਦੱਸੋ ਅਤੇ ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ, ਠੀਕ ਹੈ ਵੀਰ ਜੀ। ਬਸ ਇਹ ਵਾ ਕਿ ਡਾਕੂਮੈਂਟ ਦੇ ਵਿੱਚ ਕਿਸੇ ਵੀ ਬੰਦੇ ਦਾ ਨਾਂ ਨਾ ਲਿਖਿਓ, ਠੀਕ ਆ, ਜਿਹੜਾ ਇੱਥੋਂ ਦਾ ਮੰਤਰੀ ਹੈ ਜਾਂ ਕੁਛ ਵੀ ਹੈ, ਠੀਕ ਆ। ਜਿਸ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਵਾ ਕਿ ਕੀ ਸਿਸਟਮ ਇੱਥੇ ਚੱਲ ਰਿਹਾ ਵਾ, ਠੀਕ ਆ, ਉਸ ਤਰੀਕੇ ਨਾਲ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਜੀ, ਠੀਕ ਆ। ਜੇਕਰ ਤੁਹਾਡਾ ਕੋਈ ਹੋਰ ਸਵਾਲ ਹੋਵੇ ਜਾਂ ਕੋਈ ਹੋਰ ਹੋਵੇ ਤੁਸੀਂ ਮੈਨੂੰ ਦੱਸੋ ਅਤੇ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਜੇਕਰ ਇਹਦੇ ਬਾਰੇ ਕੋਈ ਹੋਰ ਨਵੀਂ ਗੱਲ ਮੈਨੂੰ ਪਤਾ ਲੱਗੂਗੀ ਜਾਂ ਕੁਛ ਆਊਗੀ ਤਾਂ ਉਹ ਮੈਂ ਤੁਹਾਨੂੰ ਡਾਇਰੈਕਟਲੀ ਜਾਂ ਚੈਨਲ ਦੇ ਰਾਹੀਂ ਦੱਸਦਾ ਰਹੂੰਗਾ। ਓਕੇ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ, ਟੇਕ ਕੇਅਰ।